ਜਦ ਜੇਕਰ ਤੁਸੀਂ ਜਗਤ ਦੇ ਚੰਨ ਹੋ, ਤੁਸੀਂ ਜਗਤ ਦੀ ਜੋਤੀ ਹੋ, ਤੁਸੀਂ ਪ੍ਰਿਥਵੀ ਦਾ ਨਾਮ ਹੋ। ਕਈ ਕਹਿ ਦਿੰਦੇ ਆ, ਕੀ ਕਹਿੰਦੇ ਆ, ਮੈਂ ਘਰ ਚ ਕੱਲੀ ਆ, ਮੈਂ ਘਰ ਚ ਕੱਲਾ ਹੀ ਵਿਸ਼ਵਾਸ ਕਰਦਾ। ਮਨ ਇੱਕ ਕਿਲੋ ਸਬਜ਼ੀ ਚ ਨਮਕ ਕਿੰਨਾ ਪੈਂਦਾ? ਪੂਰਾ ਚੰਚਾ ਚੱਲ ਜਾਏਗਾ ਕਿ ਚੰਚਲ ਥੋੜਾ? ਹੈ ਹੈ, ਇੱਕ ਚਮਚ ਸਬਜ਼ੀ ਵਾਲੀ ਅੱਗੇ ਨਮਕ ਵਾਲਾ ਤੇ ਯਿਸੂ ਨੇ ਕੀ ਆਖਿਆ? ਕਹਿੰਦਾ ਤੁਸੀਂ ਆਪਣੇ ਘਰ ਚ ਟੇਸਟ ਆ, ਕੀ ਆ ਆਪਣੇ ਘਰ ਚ ਕੀ ਸਵਾਦ ਆ। ਤੇ ਜੇ ਨਮਕ ਹੀ ਬਾਈਬਲ ਕਹਿੰਦੀ ਬੇਕਾਰ ਖਰਾਬ ਹੋ ਜੇ ਤਾਂ ਕਿਸੇ ਕੰਮ ਦਾ ਨੀ, ਰੂੜੀ ਦੇ ਵੀ ਨੀ ਕੰਮ ਆਉਣਾ, ਖਰਾਬ ਨੀ ਹੋਣਾ। ਪਰਮੇਸ਼ਰ ਦੇ ਕਰੈਕਟਰ ਚ ਰਹਿਣਾ, ਅੱਛੇ ਕਰੈਕਟਰ ਚ ਰਹਿਣਾ, ਇੱਕ ਟਾਈਮ ਇੱਕ ਸਮਾਂ ਆਏਗਾ ਜਿਹੜੇ ਤੁਹਾਡੇ ਘਰ ਦੇ ਟੇਢੇ ਲੱਗਦੇ ਨਾ ਉਹ ਸਿੱਧੇ ਹੋਏ ਪੈ ਰਹੇ, ਕਿਉਂਕਿ ਤੁਸੀਂ ਬਹਿਰੂ ਚ ਰਹਿਣਾ, ਤੁਸੀਂ ਇੱਕ ਖਮੀਰ ਹੋ। ਦੇਖੋ ਹੁਣ ਜਦੋਂ ਦਹੀਂ ਨੂੰ ਜਮਾਉਂਦੇ ਆ ਕਿੰਨਾ ਖੱਟਾ ਪਾਉਂਦੇ ਆ, ਫਿਰ ਤੁਹਾਨੂੰ ਸਮਝਾਉਣਾ ਚਾਹੀਦਾ। ਇੱਕ ਚਮਚਾ ਤਾਂ ਬਾਹਲਾ, ਤੇ ਇੱਕ ਬੂੰਦ ਦੀ ਖੱਟੇ ਦੀ ਸਿੱਟਦੇ ਤੇ ਸਾਰੀ ਦਹੀਂ ਬਣ ਜਾਂਦੀ। ਸੇਮ ਹੀ ਤੁਸੀਂ ਪਵਿੱਤਰ ਖਮੀਰ ਹੋ, ਕੱਲ ਤੱਕ ਬਚਣਗੇ ਤੁਹਾਡੇ ਘਰ ਦੇ, ਕੱਲ ਤੱਕ, ਕੱਲ ਤੱਕ। ਇੱਕ ਦਿਨ ਉਹ ਵੀ ਖਮੀਰੇ ਹੋਣਗੇ ਯਿਸੂ ਦੇ ਨਾਮ ਚ, ਇੱਕ ਦਿਨ ਉਹ ਵੀ ਟੇਸਟ, ਮੈਂ ਕਿਹਾ ਜੇ ਤੁਸੀਂ ਨਮਕ ਬਬਲ ਕਹਿੰਦੇ, ਮੈਂ ਕਿਹਾ ਉਹ ਵੀ ਟੇਸਟ ਬਣਨਗੇ ਯਿਸੂ ਮਸੀਹ ਦੇ ਸਮਰਥੀ ਨਾਮ ਚ, ਮੈਂ ਕਿਹਾ ਬਣਨਗੇ ਯਿਸੂ ਦੇ ਸਮਰਥੀ ਨਾਮ ਚ, ਆਮੀਨ। ਵੱਡਾ ਬਰਕਤ ਦੋਗੇ ਯਿਸੂ ਦੇ ਨਾਮ। हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं, कैसे आप दुष्ट आत्माओं से, नशों से, बीमारियों से और वंचों के शापों से आजाद हो सकते हैं।